सत श्री अकाल दोस्तों, मैं तरविंदर सिंह तलानिया ते तुसी देख रहे हो डीएस तलानिया यूट्यूब चैनल। दोस्तों, अज पेट विच होण वाले अल्सर बारे गल करांगे। छोटी आंत जां अंतड़ी विच जख्म हो जांदे आ उहनां नूं अल्सर कहा जांदा है। पेट विच अल्सर होण दे बहुत सारे कारण है, उहनां विचों कुछ मेजर कारण मैं तुहानूं दस्सण लग्गिआं। पेट दा अल्सर ज्यादा टेंशन लैण करके, ज्यादा पेट विच गैस बनन करके, ज्यादा शराब जां मिर्च मसाले वालीआं चीजां ज्यादा खाण करके बनदा है। होर भी इसदे बहुत सारे कारण हो जांदे आ, पर मैं तुहानूं इह मुख कारण दस्सां जिन्हां करके पेट दे अंदर जख्म हो जांदे आ। ते मैं तुहानूं पहलां भी दस के हटिया कि अंदर जख्म होण नूं ही पेट दा अलसर कह दिंदे आ। इस दे विच तुसीं इक होर बहुत खास चीज दा परहेज रखना जी, कि जिन्हां नूं भी किसे नूं पेट दे अलसर दी समस्या है उहनां ने चिट्टा लूण बिल्कुल नहीं खाणा, ते अज तों ही तुसीं चिट्टा नमक वरतना बिल्कुल बंद कर दिओ। दोस्तों, अलसर दे इलाज बारे गल करिए, उस तों पहलां चैनल ते नवे आए स्रोतियां नूं छोटी जिही बेनती कि जेकर तुसीं हाले तक साडा चैनल सबसक्राइब नहीं कीता तां प्लीज इस नूं सबसक्राइब कर लो, तां जो साडे वल्लों पाईआं होईआं इनफॉर्मेटिड वीडियोज तुहाडे तक पहुंचदीआं रहिण। तुहाडे वल्लों चैनल नूं सबसक्राइब करन दे नाल ਸਾਨੂੰ ਹੌਸਲਾ ਮਿਲੇਗਾ ਜੀ, ਜਿਸ ਦੇ ਨਾਲ ਸਾਡੇ ਬਜ਼ੁਰਗਾਂ ਵੱਲੋਂ ਦਿੱਤਾ ਹੋਇਆ ਗਿਆਨ ਮੈਂ ਤੁਹਾਡੇ ਤੱਕ ਹੋਰ ਸ਼ਿੱਦਤ ਨਾਲ ਲੈ ਕੇ ਆਵਾਂਗਾ। ਤੇ ਦੋਸਤੋ, ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ। ਤੁਹਾਡੇ ਵੱਲੋਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਹੀ ਸਾਨੂੰ ਹੌਸਲਾ ਮਿਲਦਾ ਜੀ, ਇਸੇ ਕਰਕੇ ਤੁਹਾਡੇ ਤੱਕ ਹਰ ਰੋਜ਼ ਕੋਈ ਨਾ ਕੋਈ ਨਵੀਂ ਜਾਣਕਾਰੀ ਲੈ ਕੇ ਆਉਣਾ। ਤੇ ਦੋਸਤੋ, ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਤੁਸੀਂ ਬੈਲ ਦੇ ਆਈਕਨ ਤੇ ਵੀ ਕਲਿੱਕ ਕਰ ਸਕਦੇ ਹੋ, ਇਸ ਦੇ ਨਾਲ ਅਸੀਂ ਕਿਹੜੀ ਵੀਡੀਓ ਕਦੋਂ ਅਪਲੋਡ ਕੀਤੀ ਹੈ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ। ਹੁਣ ਗੱਲ ਕਰਦੇ ਹਾਂ ਜੀ ਅਲਸਰ ਦੇ ਇਲਾਜ ਬਾਰੇ। ਇਸ ਦੇ ਲਈ ਤੁਸੀਂ ਹਰ ਰੋਜ਼ ਇੱਕ ਅਨਾਰ ਖਾਣਾ ਸ਼ੁਰੂ ਕਰ ਦਿਓ। ਇਸ ਦੇ ਨਾਲ ਪੇਟ ਵਿੱਚ ਜ਼ਖਮ ਜਾਂ ਪੇਟ ਦੀਆਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਹਾਨੂੰ ਆਰਾਮ ਮਿਲ ਜਾਏਗਾ। ਅਗਲੇ ਨੁਸਖੇ ਵਿੱਚ ਤੁਸੀਂ ਅੱਧਾ ਚਮਚ ਮੇਥੀ ਦਾਣਾ ਲੈਣਾ ਹੈ ਤੇ ਉਸਨੂੰ ਇੱਕ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲਓ। ਉਬਾਲਣ ਤੋਂ ਬਾਅਦ ਉਸਨੂੰ ਠੰਡਾ ਕਰਕੇ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਇੱਕ ਚਮਚ ਸ਼ਹਿਦ ਨਾਲ ਹਰ ਰੋਜ਼ ਪੀਓ। ਇਸ ਦੇ ਨਾਲ ਤੁਹਾਡੇ ਪੇਟ ਵਿੱਚ ਬਣਿਆ ਹੋਇਆ ਅਲਸਰ ਬਿਲਕੁਲ ਠੀਕ ਹੋ ਜਾਏਗਾ। ਦੋਸਤੋ, ਇੱਕ ਨੁਸਖਾ ਤੁਸੀਂ ਹੋਰ ਨੋਟ ਕਰ ਸਕਦੇ ਹੋ। ਇਸ ਦੇ ਵਿੱਚ ਤੁਸੀਂ ਅੱਧੇ ਤੋਂ ਘੱਟ ਚਮਚ ਪੀਸੀ ਹੋਈ ਮਲੱਠੀ ਲੈਣੀ ਹੈ ਤੇ ਉਸਨੂੰ ਇੱਕ ਚਮਚ ਸ਼ਹਿਦ ਦੇ ਵਿੱਚ ਪਾ ਕੇ ਹੌਲੀ ਹੌਲੀ ਚੱਟ ਲਓ। ਇਹ ਨੁਸਖਾ ਵੀ ਤੁਸੀਂ ਹਰ ਰੋਜ਼ ਵਰਤਣਾ ਹੈ। ਇਸ ਦੇ ਨਾਲ ਵੀ ਪੇਟ ਦੇ ਵਿੱਚ ਅਲਸਰ ਦੀ ਜਿੰਨੀ ਮਰਜ਼ੀ ਤੁਹਾਨੂੰ ਸਮੱਸਿਆ ਹੈਗੀ ਹੈ ਬਿਲਕੁਲ ਠੀਕ ਹੋ ਜਾਏਗੀ। ਕੋਸ਼ਿਸ਼ ਕਰਿਓ ਕਿ ਜੇਕਰ ਤੁਹਾਨੂੰ ਸ਼ਹਿਦ ਛੋਟੀ ਮੱਖੀ ਦਾ ਮਿਲ ਗਿਆ ਤਾਂ ਉਹ ਸਭ ਤੋਂ ਜ਼ਿਆਦਾ ਵਧੀਆ ਹੁੰਦਾ ਹੈ। ਬਾਕੀ ਦੋਸਤੋ, ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ, ਤੁਸੀਂ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਵਟਸਐਪ ਤੇ ਈਮੇਲ ਦਿੱਤੀ ਹੋਈ ਹੈ, ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਤੇ ਕੱਲ ਨੂੰ ਫੇਰ ਆਵਾਂਗੇ ਜੀ ਕੋਈ ਨਵੀਂ ਜਾਣਕਾਰੀ ਲੈ ਕੇ। ਅੱਜ ਲਈ ਇੰਨਾ ਹੀ, ਹੁਣ ਦਿਓ ਆਗਿਆ। ਸਤਿ ਸ੍ਰੀ ਅਕਾਲ।